ਇਹ ਤੁਰਿਆ ਨਹੀਂ ਹੈਗਾ ਦਾਣਾ, ਇੱਥੇ ਭਿਉਗੇ ਬੀਜਣੀ ਪੈਣੀ ਸੜਕ ਦੇ ਨਾਲ ਨਾਲ, ਇਹ ਉੱਕਣਾ ਹੀ ਪਿਆ। ਆਹ ਸਾਈਡ ਸਾਰੇ ਹੀ ਖੜੀ ਆ, ਆਹ ਦੇਖ ਲਓ ਇੱਧਰ ਦੋ ਤਿੰਨ ਦਿਨ ਪਹਿਲਾਂ ਡਰਿੱਲ ਨਾਲ ਬੀਜੀ ਹੋਈ ਆ, ਆਹ ਦੋ ਤਿੰਨ ਦਿਨ ਬਾਅਦ ਬੀਜੀ ਹੋਈ ਆ ਸੁਪਰ ਸੀਡਰ ਨਾਲ। ਅਤੇ ਬਾਈ ਦੇਖੋ ਆਪਾਂ ਨੇ ਨਾ ਮਤਲਬ ਪੂਰੀ ਪੂਰੀ ਉਹ ਗਿੱਲਤੀ, ਬਹੁਤੀ ਜ਼ਿਆਦਾ ਗਿੱਲ ਨਹੀਂ ਤੀ, ਅਤੇ ਗੁੱਲੀ ਡੰਡਾ ਨਹੀਂ ਹਜੇ ਤੱਕ ਜਮ੍ਹਾਂ ਵੀ ਹੋਇਆ, ਇੱਕ ਵੀ ਦਾਣਾ ਨਹੀਂ ਹੈਗਾ ਗੁੱਲੀ ਡੰਡੇ ਦਾ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਲਓ ਬਾਈ ਅੱਜ ਆਪਾਂ ਆਏ ਤੇ ਖੇਤਾਂ ਵੱਲ ਕਣਕ ਦੇਖਣ। ਕਈ ਵੀਰਾਂ ਦੇ ਕਮੈਂਟ ਆਏ ਹੋਏ ਤੇ ਬਈ ਰੂਲਾ ਤੁਸੀਂ ਜ਼ਿਆਦਾ ਲਾ ਲਿਆ, ਕਣਕ ਘੱਟ ਜੰਮਣੀ ਆ। ਬਾਈ ਅੱਜ ਪੂਰਾ ਹਫ਼ਤਾ ਹੋ ਗਿਆ ਕਣਕ ਬੀਜੀ ਨੂੰ ਆਪਾਂ ਨੂੰ, ਅਤੇ ਕਈ ਵੀਰ ਕਮੈਂਟ ਕਰਕੇ ਕਹਿਣ 'ਤੇ ਵੀ ਜ਼ਿਆਦਾ ਰੂਲਾ ਲਾ ਲਿਆ ਬਈ ਮਤਲਬ ਜੰਮਦੀ ਘੱਟ ਆ, ਉਹ ਵੀ ਕਾਰਨ ਹੋ ਸਕਦਾ ਬਾਈ, ਪਰ ਆਪਾਂ ਨੇ ਜਿੰਨਾ ਕੁ ਲਾਇਆ ਤਾਂ ਉਹ ਹਿਸਾਬ ਨਾਲ ਦੇਖੋ ਬਈ ਇਕੱਲਾ ਇਕੱਲਾ ਸਿਆੜ ਜੰਮਿਆ ਆ। ਅੱਜ ਬਾਈ ਪੂਰਾ ਹਫ਼ਤਾ ਹੋਇਆ, ਅੱਜ ਆਪਾਂ ਅੱਜ ਐਤਵਾਰ ਨੂੰ ਆਪਾਂ ਨੇ ਮਤਲਬ ਦੁਪਹਿਰੇ ਤੋਂ ਬਾਅਦ ਬੀਜੀ ਤੀ। ਅਤੇ ਬਾਕੀ ਇੱਧਰ ਬਾਈ ਡਰਿੱਲ ਵਾਲੀ ਆ, ਇਹ ਦੋ ਤਿੰਨ ਦਿਨ ਪਹਿਲਾਂ ਬੀਜਤੀ ਤੀ, ਇਹਦੇ ਮਤਲਬ ਬਰਾਬਰ ਹੀ ਜੰਮੀ ਖੜੀ ਆ। ਆਹ ਦੇਖ ਲਓ ਇੱਧਰ ਦੋ ਤਿੰਨ ਦਿਨ ਪਹਿਲਾਂ ਡਰਿੱਲ ਨਾਲ ਬੀਜੀ ਹੋਈ ਆ, ਆਹ ਦੋ ਤਿੰਨ ਦਿਨ ਬਾਅਦ ਬੀਜੀ ਹੋਈ ਆ ਸੁਪਰ ਸੀਡਰ ਨਾਲ। ਅਤੇ ਬਾਈ ਦੇਖੋ ਆਪਾਂ ਨੇ ਨਾ ਮਤਲਬ ਪੂਰੀ ਪੂਰੀ ਉਹ ਗਿੱਲ ਤੀ, ਬਹੁਤੀ ਜ਼ਿਆਦਾ ਗਿੱਲ ਨਹੀਂ ਤੀ, ਅਤੇ ਗੁੱਲੀ ਡੰਡਾ ਨਹੀਂ ਹਜੇ ਤੱਕ ਜਮ੍ਹਾਂ ਵੀ ਹੋਇਆ, ਇੱਕ ਵੀ ਦਾਣਾ ਨਹੀਂ ਹੈਗਾ ਗੁੱਲੀ ਡੰਡੇ ਦਾ। ਅਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਜਿਹੜਾ ਆਪਾਂ ਨੇ ਗਿੱਲੇ ਖੇਤ 'ਚ ਬੀਜੀ ਤੀ ਉਹ 'ਚ ਗੁੱਲੀ ਡੰਡਾ ਕਿੱਕਣਾ ਹੋਇਆ ਵਾ, ਤੁਹਾਨੂੰ ਉਹ ਦਿਖਾਉਂਦੇ ਹਾਂ। ਆਹ ਸਾਈਡ 'ਤੇ ਬਾਈ ਪਾਣੀ ਟੁੱਟਿਆ ਹੋਇਆ ਤਾ ਬਰਸੀਨ ਦਾ, ਤਾਂ ਇੱਥੇ ਦੇਖੋ ਗੁੱਲੀ ਡੰਡਾ ਕਿਹੜੇ ਹਿਸਾਬ ਜੰਮਿਆ ਹੋਇਆ, ਉਹ ਦੇਖੋ ਇੱਧਰ ਕਣਕ 'ਚ ਜਮ੍ਹਾਂ ਹੀ ਸੁੱਕਤੀ, ਜਮ੍ਹਾਂ ਹੀ ਗੁੱਲੀ ਡੰਡਾ ਨਹੀਂ ਹੈਗਾ। ਬਾਕੀ ਗਾਹਾਂ ਜਾ ਕੇ ਬਾਈ ਪਾਣੀ ਲਾਏ 'ਤੇ ਤਾਂ ਹੋ ਜਾਂਦਾ, ਪਰ ਹਾਲ ਦੀ ਘੜੀ ਨਹੀਂ ਹੈਗਾ। ਅਤੇ ਤੁਹਾਨੂੰ ਉਹ ਦਿਖਾਉਂਦੇ ਸਰੋਂ ਵਾਲਾ ਖੇਤ ਨਾ ਆਪਣਾ ਗਿੱਲਾ ਬਹੁਤ ਆ ਗੰਨੇ ਵਾਲਾ, ਤੁਸੀਂ ਦੇਖਿਆ ਹੋਣਾ ਡਲੇ ਬਣੇ ਹੋਏ, ਅਤੇ ਗਿੱਲੇ ਖੇਤ 'ਚ ਆਪਾਂ ਨੇ ਜਦ ਆਪਾਂ ਸਿਆੜ ਕੱਢੇ ਥੱਲੇ ਤਾਂ ਗਿੱਲ ਜ਼ਿਆਦਾ ਨਿਕਲਿਆ ਜੀ, ਉਹਦੇ ਕਰਕੇ ਉੱਥੇ ਬਾਈ ਗੁੱਲੀ ਡੰਡਾ ਬਹੁਤ ਆ, ਤੁਹਾਨੂੰ ਉਹ ਦਿਖਾਉਣਾ ਮੈਂ। ਅਤੇ ਬਾਕੀ ਬਾਈ ਇਹ ਲਸਣਾ ਪਰ ਆਪਾਂ ਨੇ ਸੋਰੀ ਆ ਬਰਸੀਨ ਪਰ ਆਪਾਂ ਨੇ ਉਹਦੀ ਸਪਰੇਅ ਕਰੀ ਆ, ਯੂਰੀਆ ਪਾਇਆ ਨਹੀਂ ਸਪਰੇਅ ਕਰੀ ਆ, ਅਤੇ ਉਹਦਾ ਰਿਜ਼ਲਟ ਚੰਗਾ, ਉਹ ਕੈਰਾ ਛੱਡ ਲਿਆ ਤਾ ਆਪਾਂ ਨੇ, ਅਤੇ ਆਹ ਦੋ ਕੈਰਿਆਂ ਆਪਾਂ ਕਰੀ ਤੀ, ਉਹ ਦੋ ਕੈਰਿਆਂ ਨਾਲੋਂ ਆਹ ਦੋ ਕੈਰੇ ਥੋੜ੍ਹੇ ਜਿਹੇ ਜ਼ਿਆਦਾ ਹਰਿਆਈ, ਪਰ ਬਾਕੀ ਤੁਹਾਨੂੰ ਖੇਤ ਗਿੱਲੇ ਵਾਲੇ ਦਿਖਾਉਂਦੇ ਹਾਂ। ਆਪਾਂ ਨੇ ਸਰੋਂ ਬੀਜੀ ਦੀ ਬਾਈ ਵਿੱਚ ਗੰਨਾ ਹੈ, ਇਹ ਥੋੜ੍ਹਾ ਜਿਹਾ ਖਾਸਾ ਗਿੱਲਾ ਖੇਤ ਆ, ਅਤੇ ਅੱਜ ਦੇਖੋ ਸਰੋਂ ਨਾਲੋਂ ਜ਼ਿਆਦਾ ਗੁੱਲੀ ਡੰਡਾ ਹੋਇਆ ਪਿਆ, ਅਤੇ ਇਹਦੇ ਪਰ ਵੀ ਹੁਣ ਕਰਦੇ ਇੱਕ ਅੱਧੇ ਦਿਨ 'ਚ ਸਪਰੇ, ਸਰੋਂ ਕਿਤੇ ਕਿਤੇ ਆ ਅਤੇ ਗੁੱਲੀ ਡੰਡਾ ਹਰੇਕ ਪਾਸੇ, ਇਹਦਾ ਕਰਦੇ ਇਹਦੇ ਪਰ ਲਿਆ ਗਿਆ ਅੱਜ ਸਪਰੇ, ਅੱਜ ਨਹੀਂ ਤੱਕ ਦੋ ਤਿੰਨ ਦਿਨ ਤੱਕ ਜਿਹੜਾ ਹੋਰ ਨਿਕਲਿਆ ਆਊਗਾ ਸਾਰਾ। ਅਤੇ ਸਰੋਂ ਆਪਣੇ ਬਾਈ ਬਹੁਤ ਵਧੀਆ ਜੰਮੀ ਆ, ਇਹ ਮਤਲਬ ਇੰਨੀ ਕੁ ਛਿੱਦੀ ਹੋਣੀ ਚਾਹੀਦੀ ਆ, ਜ਼ਿਆਦਾ ਸੰਘਣੀ ਵੀ ਬਾਈ ਫਿਰ ਖਰਾਬ ਹੋ ਜਾਂਦਾ ਕੰਮ, ਉਹ ਬਾਅਦ 'ਚੋਂ ਛਿੱਦੀ ਕਰਾਉਣੀ ਪੈ ਜਾਂਦੀ ਆ ਉੱਪਰ ਜਾ ਕੇ। ਗੁੱਲੀ ਡੰਡਾ ਦੇਖੋ ਬਾਈ ਆਹ ਗਿੱਲੇ ਖੇਤਾਂ ਦਾ, ਤੁਹਾਨੂੰ ਐਨ ਪਤਾ ਲੱਗਦਾ ਬਈ ਆਹ ਸਿਆੜ ਗੰਨੇ ਦਾ, ਉੱਪਰ ਐਨ ਬੈੱਡਾਂ ਵਾਂਗੂ ਜੰਮਿਆ ਪਿਆ ਗੁੱਲੀ ਡੰਡਾ। ਅਤੇ ਆਪਾਂ ਬਾਈ ਇੱਧਰ ਜਿਹੜਾ ਵੀ ਆਪਣੇ ਇੱਧਰ ਵੀ ਗੁੱਲੀ ਆਪਣੀ ਰੌਣੀ ਕਰਕੇ ਬੀਜਦਾ ਉਹਦਾ ਗੁੱਲੀ ਡੰਡਾ ਬਹੁਤ ਹੁੰਦਾ, ਬਾਕੀ ਬਾਈ ਜ਼ਮੀਨਾਂ ਦਾ ਫਰਕ ਆ, ਸਾਡੇ ਜਿੰਨੀ ਬਾਈ ਸੁੱਕ 'ਚ ਬੀਜੂਗੇ ਉਨੇ ਆਹ ਘੱਟ ਗੁੱਲੀ ਡੰਡਾ ਹੁੰਦਾ, ਸੀਣ 'ਚ ਹੱਦ ਨਾਲੋਂ ਵੱਧ ਗੁੱਲੀ ਡੰਡਾ ਹੋਇਆ ਪਿਆ, ਚਲੋ ਇਹ ਤਾਂ ਆਪਾਂ ਨੇ ਕਰ ਲੈਣਾ ਲੋਟ। ਅਤੇ ਇੱਧਰ ਲੱਸਣਾ ਬਾਈ ਦੇਖੋ ਜਿੱਥੇ ਪਰਾਲੀ ਨਹੀਂ ਪਈ ਉੱਥੇ ਕਿੱਕਣਾ ਖੜਾ, ਬਾਕੀ ਕਿਉਂਕਿ ਇਹਨੂੰ ਆਪਾਂ ਬਾਈ ਲਾਉਣ ਦੇ ਬਾਅਦ ਪਾਣੀ ਲਾ ਦਿੰਦੇ ਹਾਂ ਉਹਦੇ ਕਰਕੇ ਹੋ ਗਿਆ ਚੱਕਰ ਇਹ, ਬਾਕੀ ਕਿਤੇ ਨਹੀਂ ਹੈਗਾ।
ਗੁੱਲੀ ਡੰਡਾ ਬਾਈ ਬਹੁਤ ਆ ਤੇ ਇੱਧਰ ਬਾਈ ਜੱਗੂ ਨੇ ਜਿਹੜੇ ਆਲੂ ਲਾਏ ਤੇ ਬਹੁਤ ਵਧੀਆ ਹੋਏ ਆ ਇਹ ਤੇ ਆਪਣੇ ਬਾਈ ਇੱਧਰ ਨਾ ਇਹ ਇਲਾਕੇ 'ਚ ਕਦੇ ਗੰਨਾ ਨਹੀਂ ਲੱਗਿਆ ਤਾ ਅਸੀਂ ਤਾਂ ਚਲੋ ਲਾਉਂਦੇ ਰਹਿੰਦੇ ਤੇ ਇੱਧਰ ਜੱਗੇਰਾ ਨੇ ਵੀ ਲਾਤਾ ਉਹ ਉੱਪਰ ਸਾਹਿਬ ਜੂਦਰਾਂ ਨੇ ਵੀ ਲਾਤਾ ਤੇ ਇੱਧਰ ਤਾਂ ਕਦੇ ਲੱਗੇ ਹੀ ਨਹੀਂ ਜਿੱਥੇ ਕਾਲੇ ਚਾਚੇ ਨੇ ਲਾਇਆ ਗੰਨਾ ਤਾਂ ਆਪਣੇ ਸਾਰੇ ਇੱਧਰ ਚਾਰੇ ਪਾਸੇ ਬਾਈ ਗੰਨਾ ਹੀ ਗੰਨਾ ਹੋ ਜਾਣਾ ਬੂਟੇ ਵੀ ਲੱਗ ਜਾਣੇ ਵਿੱਚ ਇੱਕ ਬਸ ਕਾਲੇ ਚਾਚੇ ਨੇ ਨਹੀਂ ਲਾਉਣੇ ਬੂਟੇ ਬਾਕੀ ਸਾਰਿਆਂ ਨੇ ਬੂਟੇ ਵੀ ਲਾ ਦੇਣੇ ਵਿੱਚ ਕਿਉਂਕਿ ਬਾਈ ਸਾਲ ਹੋ ਗਿਆ ਆਹੀ ਕੁਛ ਘੱਟ ਹੀ ਚੱਲਦਾ ਕਿਉਂਕਿ ਪਹਿਲਾਂ ਕਣਕ 'ਚ ਵੀ ਘੱਟ ਹੀ ਪਿਆ ਅਤੇ ਧਾਨਾਂ ਦਾ ਤਾਂ ਬਾਈ ਹੁਣ ਤੁਹਾਨੂੰ ਪਤਾ ਹੀ ਆ ਤਾਂ ਕਰਕੇ ਜੇ ਇੱਥੇ ਨੂੰ ਬਾਈ ਪਾਣੀ ਦੀ ਮਾਰ ਬਹੁਤ ਆ ਤਾਂ ਇਹਦੇ ਕਰਕੇ ਇੱਥੇ ਬਈ ਹੁਣ ਗੰਨਾ ਹੀ ਚੱਲੂ ਤੂੰ ਕਣਕ ਤਾਂ ਆਉਂਦੀ ਝੱਟ ਦੇਖ ਲਈ ਹੁਣ ਇੱਕ ਗੰਨਾ ਰਹਿ ਗਿਆ ਇਹਦੀ ਵੀ ਦੇਖ ਲੈਣੀ ਕਿਉਂ ਬਾਈ ਆਪਾਂ ਤਾਂ ਲਾਉਂਦੇ ਰਹਿੰਦੇ ਤੇ ਆਪਾਂ ਤਾਂ 2 ਸਾਲ ਹੋ ਗਏ ਵੀ ਘਟਾਇਆ ਤਾਂ ਗੰਨਾ ਪਹਿਲਾਂ ਆਪਾਂ ਚੰਗਾ ਲਾਉਣ 'ਤੇ ਗੰਨਾ ਤਾਂ ਇੱਧਰ ਜੱਗੂ ਨੇ ਬੀਜਿਆ ਪਹਿਲਾਂ ਸਾਨੂੰ ਜੱਗੇ ਨੇ ਬਾਈ ਉਰੇ ਜਵੀ ਬੀਜਤੀ ਅਤੇ ਇਹ ਕਹਾਂ ਜਾ ਕੇ ਗੰਨਾ ਬੀਜੂਗਾ ਇੱਧਰ ਕਾਲੇ ਚਾਚੇ ਨੇ ਗੰਨਾ ਬੀਜਤਾ ਉਹ ਉੱਪਰ ਸਾਹਿਬ ਜੀ ਉਹਨੇ ਬੀਜਤਾ ਇੱਧਰ ਆਪਾਂ ਨੇ ਬੀਜਤਾ ਅਤੇ ਜੇ ਬਾਈ ਇਹ ਕੰਮ ਲੋਟ ਰਿਹਾ ਤਾਂ ਆਪਾਂ ਨੇ ਕੀਲਾ ਕੀਲਾ ਕਰਕੇ ਸਾਰੇ 'ਚ ਲਾਉਣਾ ਗੰਨਾ ਵਿੱਚ ਬੂਟੇ ਲਾਈ ਜਾਣੇ ਜੇ ਲੋਟ ਰਿਹਾ ਕਿਉਂਕਿ ਬਾਈ ਅੱਜ ਆਪਣੇ 3 ਕਿੱਲਿਆਂ ਨੂੰ ਆਪਾਂ ਹੀ ਲੱਗਦੀ ਹੈ ਸਾਰੀ ਉਹ ਅਤੇ ਗੰਨੇ ਵਾਲੀ ਕੋਈ ਦਿੱਕਤ ਨਹੀਂ ਹੈਗੀ ਤਾਂ ਕਰਕੇ ਆਪਾਂ ਪਹਿਲਾਂ ਵੀ ਲਾਉਂਦੇ ਰਹੇ ਹਾਂ ਉਹਦੇ ਬਾਕੀ ਬਈ ਗੰਨੇ 'ਚ ਸਰੋਂ ਪਹਿਲੀ ਵਾਰ ਬੀਜੀ ਆ ਪਹਿਲਾਂ ਆਪਾਂ ਕਣਕਾਂ ਕੁਣਕਾਂ ਹੀ ਬੀਜਦੇ ਰਹਿੰਦੇ ਵਿੱਚ ਕਣਕ ਬੀਜ ਲਈ ਜਾਂ ਗਾਹਾਂ ਬੀਜ ਲਿਆ ਫਰਵਰੀ ਮਾਰਚ 'ਚ ਇੱਕਣਾ ਬੀਜਦੇ ਰਹਿੰਦੇ ਅਤੇ ਸਰੋਂ ਆਪਾਂ ਨੇ ਪਹਿਲੀ ਵਾਰ ਲਾਈਏ ਗੰਨੇ 'ਚ ਜਿਹੜਾ ਆਪਾਂ ਸੁਪਰ ਸੀਡਰ ਵਾਲੇ ਬਾਹਰਲਾ ਪੋਰ ਨਹੀਂ ਖੋਲ ਲੈਂਦੇ ਵਿੱਚ ਉਹਦੇ ਕਰਕੇ ਆਹ 2-3 ਸਿਆੜ ਇਕੱਠੇ ਹੋ ਜਾਂਦੇ ਉਰੇ ਇਹ ਬਾਈ ਕਹਿਣਾ ਸਾਈਡਾਂ ਬਸ ਉੱਥੀ ਖੋਲ੍ਹਣਾ ਚਾਹੀਦਾ ਵਿੱਚ ਨਹੀਂ ਖੋਲ੍ਹਣਾ ਚਾਹੀਦਾ 2-3 ਸਿਆੜ ਦੇਖੋ ਆ ਜਮ੍ਹਾਂ ਹੀ ਇਕੱਠੇ ਹੋ ਗਏ ਇੱਕ ਗੇੜੇ ਬਾਅਦ ਹਰੇਕ ਸਿਆੜ 'ਚ ਬਾਈ ਸੜਕ 'ਤੇ ਲਾਗ ਆ ਗਈ ਅਤੇ ਆਹ ਸਿਆੜ ਨਹੀਂ ਜੰਮਿਆ ਹੈਗਾ ਇਹਨੂੰ ਪੱਟ ਕੇ ਦੇਖਦੇ ਹਾਂ ਵੀ ਦਾਣਾ ਤੁਰੇ ਹੋਇਆ ਨਹੀਂ ਭਿਓ ਕੇ ਬੀਜ ਦਿੰਦੇ ਉਰੇ ਇਹ ਤੁਰਿਆ ਨਹੀਂ ਹੈਗਾ ਦਾਣਾ ਇੱਥੇ ਭਿਉਗੇ ਬੀਜਣੀ ਪੈਣੀ ਸੜਕ ਦੇ ਨਾਲ ਨਾਲ ਇਹ ਉੱਕਣਾ ਹੀ ਪਿਆ ਆਹ ਸਿਆੜ ਸਾਰੇ ਹੀ ਬਾਈ ਆਹ ਦਾਣਾ ਜੰਮਿਆ ਨਹੀਂ ਹੈਗਾ ਜਿਹੜੇ ਨਾਲ ਨਾਲ ਵਾਲੇ ਸਿਆੜ ਆ 2-3 ਆਹ ਸਿਆੜ ਸਾਰਾ ਸੁੱਕ ਦਿਖਦੀ ਹੋਣੀ ਤੁਹਾਨੂੰ ਅਤੇ ਇਹ ਪੱਟ ਕੇ ਬਈ ਦੁਬਾਰਾ ਬੀਜ